ਜੇਈ ਸਾਹਿਬ, ਸੈਕਟਰੀ ਸਾਹਿਬ, ਪੰਚਾਇਤ ਦੀ ਜ਼ਮੀਨ ਦੇ ਵਿੱਚ ਜੋ ਇਹ ਪਪੂਲਰ ਲੱਗੇ ਸੀ, ਇਹ ਪਪੂਲਰ ਪੱਟੇ ਗਏ ਨੇ। ਵੀਡੀਓ ਸਾਹਿਬ, ਬਾਬਾ ਲਾਭ ਸਿੰਘ ਆਲੂ ਪੰਚਾਇਤ ਦੀ ਜਗ੍ਹਾ ਦੇ ਵਿੱਚ ਇਹ ਪਪੂਲਰ ਸੀ ਜੋ ਕਿ ਪਟਾ ਕੇ ਇਹਨਾਂ ਨੇ ਵੇਚੇ ਨੇ। ਆਹ ਲੇਬਰ ਲੱਗੀ ਹੈ ਪੱਟਣ ਵਾਲੀ, ਠੀਕ ਹੈ ਜੀ। ਆਹ ਦੇਖੋ ਕਿੰਨੇ ਪਪੂਲਰ ਨੇ, ਸਿਰੇ ਤੋਂ ਸਿਰੇ ਤੱਕ, ਇੱਕ ਨਹੀਂ, ਦੋ ਨਹੀਂ, ਚਾਰ ਨਹੀਂ, ਘੱਟ ਤੋਂ ਘੱਟ ਵੀ 70 ਪਪੂਲਰ ਹੋਣਗੇ ਜੀ, ਜੋ ਸਿਰੇ ਤੋਂ ਸਿਰੇ ਤੱਕ। ਇਹ ਆਹ ਦੇਖੋ, ਨਾ ਨਾ ਪੱਟਣ ਦੇ ਸਿੱਟਦੇ ਸਿੱਟਦੇ ਥੱਲੇ ਉਹ ਬਾਈ, ਦੇਖੋ ਜੀ ਕਿੱਡਾ ਵੱਡਾ ਪਪੂਲਰ ਹੈ ਜੋ ਲੇਬਰ ਵਾਲੇ ਥੱਲੇ ਸਿੱਟ ਰਹੇ ਨੇ। ਔਰ ਸਾਡੇ ਕਹਿਣ ਦੇ ਬਾਵਜੂਦ ਵੀ ਬਾਬਾ ਦਦਾਰ ਸਿੰਘ ਕਹਿੰਦਾ ਭਾਈ ਨਾ ਪੱਟੋ, ਪੰਚਾਇਤ ਦੇ ਨੇ, ਫਿਰ ਵੀ ਇਹ ਲੇਬਰ ਵਾਲੇ ਹਟੇ ਨਹੀਂ ਹੈਗੇ। ਇਹਨਾਂ ਨੇ ਫਿਰ ਵੀ ਪਪੂਲਰ ਥੱਲੇ ਸਿੱਟਤਾ, ਦੇਖੋ ਜੀ ਸਿਰੇ ਤੋਂ ਸਿਰੇ ਤੱਕ ਪੰਚਾਇਤ ਦਾ ਕਿੰਨਾ ਨੁਕਸਾਨ ਕਰਿਆ ਇਸ ਬੰਦਿਆਂ ਨੇ। ਔਰ ਆਹ ਖੜ੍ਹੇ ਨੇ ਪੰਜ ਚਾਰ ਪਪੂਲਰ, ਇਹ ਵੀ ਹੁਣ ਰਾਤੋ ਰਾਤ ਪੱਟੇ ਜਾਣੇ ਨੇ। ਇਹ ਜਿਹੜਾ ਪੱਟਿਆ ਹੋਇਆ ਪਪੂਲਰ, ਇਹ ਰਾਤੋ ਰਾਤ ਹੀ ਹੁਣੇ ਘੰਟੇ ਦੋ ਘੰਟੇ ਤੱਕ ਚੱਕ ਹੋ ਜਾਣਾ ਜੀ। ਹਾਂ, ਉਹ ਬਾਈ ਤੁਹਾਡਾ ਠੇਕੇਦਾਰ ਕਿੱਥੇ ਹੈ? ਹਾਂ, ਉਰੇ ਆ, ਆ ਜਾ, ਮੇਰੀ ਗੱਲ ਸੁਣ। ਆਹ ਦੇਖੋ ਜੀ ਕਿੱਡਾ ਵੱਡਾ ਪਪੂਲਰ ਹੈ। ਆਹ ਦੇਖੋ ਜੀ, ਆਹ ਬੂਟੇ ਜਿਹੜੇ ਆ ਵੱਢ ਹੋ ਰਹੇ ਆ, ਤਕਰੀਬਨ ਘੱਟ ਤੋਂ ਘੱਟ ਵੀ 60-70 ਬੂਟੇ ਨੇ ਪੰਚਾਇਤ ਦੀ ਜ਼ਮੀਨ 'ਚ ਲੱਗੇ ਹੋਏ ਸੀ ਇਹ। ਬੋਲੀ ਜੀ, ਨਾਮ ਤੁਹਾਡਾ? ਭਾਈ ਦਿਦਾਰ ਸਿੰਘ। ਕਿਹੜਾ ਪਿੰਡ ਹੈ? ਪਿੰਡ ਸ਼ਤਾਬਗੜ ਜੀ। ਕੀ ਮਾਮਲਾ ਹੋਇਆ ਤੁਸੀਂ ਸਿਵਲ ਹਸਪਤਾਲ ਸਮਰਾਲਾ ਪਹੁੰਚੇ? ਸਰ, ਪੰਚਾਇਤ ਦੇ ਖੇਤ ਦੇ ਵਿੱਚੋਂ ਲਾਭ ਸਿੰਘ ਅਤੇ ਉਸਦੇ ਪਰਿਵਾਰ ਵੱਲੋਂ ਗੁੰਡਾਗਰਦੀ ਕਰਦੇ ਹੋਏ 60-70 ਬੂਟਿਆਂ ਦਾ ਕਤਲ ਕਰ ਦਿੱਤਾ ਗਿਆ, ਅਤੇ ਅਸੀਂ ਉਸ ਦੇ ਸੰਬੰਧ ਵਿੱਚ ਬੂਟਾ ਸਿੰਘ ਸਰਪੰਚ ਅਤੇ ਪੰਚਾਇਤ ਮੈਂਬਰਾਂ ਨੇ ਚੌਂਕੀ ਦੀ ਦਰਖਾਸਤ ਕੀਤੀ, ਥਾਣੇ ਆ ਕੇ ਦਰਖਾਸਤ ਕੀਤੀ, ਜਿਸ ਦੇ ਸੰਬੰਧ ਸਾਡੀ ਕੋਈ ਸੁਣਵਾਈ ਨਹੀਂ ਹੋਈ। ਅਤੇ ਅੱਜ ਵੀਡੀਓ ਮਹਿਕਮੇ ਵਾਲੇ ਮੌਕਾ ਦੇਖਣ ਆਏ ਅਤੇ ਉਹਨਾਂ ਨੇ ਸਾਨੂੰ ਫੋਨ ਕੀਤਾ ਕਿ ਭਾਈ ਆ ਕੇ ਮੌਕਾ ਦਿਖਾ ਦਿਓ। ਅਸੀਂ ਮੌਕਾ ਦਿਖਾਉਣ ਗਏ ਅਤੇ ਲਾਭ ਸਿੰਘ ਦੇ ਮੁੰਡੇ ਗਾਗਾ ਅਤੇ ਗੁਰਪ੍ਰੀਤ ਸਿੰਘ, ਉਹਦਾ ਭਤੀਜਾ ਲਾਭ ਸਿੰਘ ਦਾ, ਅਤੇ ਤਰਲੋਚਨ ਸਿੰਘ, ਅਤੇ ਇੱਕ ਕੁਲਵਿੰਦਰ ਸਿੰਘ ਕਾਲਾ, ਇੱਕ ਸਰਬਜੀਤ ਸਿੰਘ, ਅਤੇ ਇੱਕ ਦੋ ਬੰਦੇ ਸੀ ਕਿ ਆਪਣੇ ਲੇਬਰ ਵਾਲੇ, ਇਹਨਾਂ ਨੇ ਅਚਾਨਕ ਹਮਲਾ ਕਰ ਦਿੱਤਾ। ਹਮਲਾ ਕਰਕੇ ਸਾਡੇ 'ਤੇ ਅਜਿਹੀਆਂ ਸੱਟਾਂ ਮਾਰੀਆਂ, ਪੰਚ ਮਾਰਿਆ, ਮਨਜੀਤ ਸਿੰਘ ਦੇ ਸਿਰ ਵਿੱਚ ਪੰਚ ਮਾਰਿਆ, ਜਿਸ ਦੇ ਨਾਲ ਉਹਨਾਂ ਦੇ ਬਹੁਤ ਜ਼ਿਆਦਾ ਡੂੰਘੀ ਸੱਟ ਲੱਗ ਗਈ, ਅਤੇ ਇੱਕ ਨੇ ਮਨਜੀਤ ਸਿੰਘ ਦੇ ਛਾਤੀ 'ਤੇ ਵਾਰ ਕੀਤਾ ਜੀ, ਕਿਰਪਾਨ ਮਾਰੀ ਛੋਟੀ, ਅਤੇ ਉਹਦੇ ਨਾਲ ਵੀ ਉਹਨਾਂ ਦੇ ਛਾਤੀ 'ਤੇ ਜ਼ਖਮ ਬਹੁਤ ਜ਼ਿਆਦਾ ਹੋ ਗਿਆ। ਹਮਲਾ ਕਰਨ ਵਾਲੇ ਕਿਹੜੇ ਪਿੰਡ ਦੇ ਸੀ? ਪਿੰਡ ਸ਼ਤਾਬਗੜ ਦੇ ਹੀ ਆ, ਜਿਹਨਾਂ ਬੂਟੇ ਪੱਟੇ ਆ ਜੀ। ਕਾਰਨ ਕੀ ਹੈ ਬੂਟੇ ਪੱਟਣ ਦਾ? ਕਿਉਂ ਬਾਜੀ? ਧੱਕਾ ਗੁੰਡਾਗਰਦੀ ਹੈ ਜੀ। ਇਹ ਪਲਾਟ ਕਿਹਦਾ ਹੈ? ਸਰਕਾਰੀ ਹੈ? ਪੰਚਾਇਤ ਦਾ ਪਲਾਟ ਆ ਜੀ। ਇਹ ਕਦੋਂ ਦੀ ਘਟਨਾ ਜੀ ਇਹ? ਅੱਜ ਦੀ ਘਟਨਾ ਜੀ। ਅੱਜ? ਹਾਂਜੀ। ਤੇ ਜਿਹੜੀਆਂ ਸੱਟਾਂ ਵੱਜੀਆਂ ਨੇ ਉਹ ਤੁਹਾਡੇ ਕੀ ਲੱਗਦੇ? ਉਹ ਮਾਮਾ ਜੀ ਆਪਣੇ। ਕਿੰਨੀ ਕੀ ਉਮਰ ਹੈ ਜੀ? ਤਕਰੀਬਨ 42-43 ਸਾਲ ਹੈ ਜੀ। ਇੱਕ ਸਿਰ 'ਚ ਹੈ ਜੀ, ਇੱਥੇ ਮੱਥੇ 'ਤੇ, ਉੱਪਰ ਕਾਫੀ ਡੂੰਘੀ ਸੱਟ ਹੈ ਜੀ, ਇੱਕ ਛਾਤੀ 'ਤੇ ਦਿਲ ਵਾਲੇ ਪਾਸੇ ਲੱਗੀ ਹੈ ਜੀ। ਕਿਸ ਚੀਜ਼ ਨਾਲ ਹਮਲਾ ਕੀਤਾ? ਇੱਕ ਤਾਂ ਉਹਨਾਂ ਨੇ ਸਰ ਆਉਂਦੇ ਸਾਨੂੰ ਢਾ ਲਿਆ ਜੀ, ਇੱਕ ਮਨਜੀਤ ਸਿੰਘ ਦੇ ਉਹਨਾਂ ਸਿਰ 'ਤੇ ਐਸਾ ਦੱਬ ਕੇ ਪੰਚ ਮਾਰਿਆ ਜੀ ਬਹੁਤ ਜ਼ਿਆਦਾ ਜ਼ੋਰ ਕੇ, ਜਿਹਦੇ ਨਾਲ ਡੂੰਘਾ ਜ਼ਖਮ ਹੋ ਗਿਆ ਜੀ। ਕਿਹੜੇ ਕਿਹੜੇ ਹਥਿਆਰ ਸੀ ਉਹਨਾਂ? ਇੱਕ ਪੰਚ ਪਾਇਆ ਹੋਇਆ ਸੀਗਾ ਜੀ, ਇੱਕ ਕਿਰਪਾਨ ਸੀ ਛੋਟੀ ਜੀ। ਹਾਂਜੀ। ਦਰਖਤ ਕਿੰਨੇ ਪੱਟੇ ਗਏ? 60-70 ਬੂਟੇ ਪੱਟੇ ਗਏ ਜੀ। ਵਣ ਵਿਭਾਗ ਨੂੰ ਇਸ ਬਾਰੇ ਇਤਲਾਹ ਕੀਤੀ ਹੈ ਤਾਂ? ਇਹ ਜੀ ਵੀਡੀਓ ਵਿਭਾਗ ਦੇ ਅੰਡਰ ਆਉਂਦੇ ਆ ਜੀ, ਪੰਚਾਇਤ ਦੇ ਅੰਡਰ ਆਉਂਦੇ ਆ ਜੀ, ਅਤੇ ਪੰਚਾਇਤ ਦੇ ਜੀ ਮਾਲਕ ਆਉਂਦੀ ਹੈ, ਵੀਡੀਓ ਦਫ਼ਤਰ ਮਾਲਕ ਆਉਂਦਾ ਜੀ, ਅਤੇ ਅਸੀਂ ਵੀਡੀਓ ਦਫ਼ਤਰ ਨੂੰ ਸੂਚਨਾ ਕਰਤੀ, ਪੁਲਿਸ ਨੂੰ ਵੀ ਸੂਚਨਾ ਕਰ ਦਿੱਤੀ ਹੈ, ਅਤੇ ਪੁਲਿਸ ਨੇ ਤਕਰੀਬਨ ਕਹਿੰਦੀ ਹੈ ਜੀ ਅਸੀਂ ਪਹਿਲੇ ਦੇਖਾਂਗੇ
ਕਿ ਵੀ ਜ਼ਮੀਨ ਲਾਭ ਸਿੰਘ ਦੀ ਹੈ ਜਾਂ ਪੰਚਾਇਤ ਦੀ ਹੈ, ਜਦਕਿ ਅਸੀਂ ਕਿਹਾ ਵੀ ਅਸੀਂ ਇਸ ਸੰਬੰਧੀ ਆਪਣਾ ਐਫੀਡੇਵਿਟ ਦਿੰਦੇ ਹਾਂ ਕਿ ਜ਼ਮੀਨ ਪੰਚਾਇਤ ਦੀ ਹੈ, ਜੇਕਰ ਲਾਭ ਸਿੰਘ ਦੀ ਨਿਕਲੀ ਸਾਡੇ 'ਤੇ ਪਰਚਾ ਕਰ ਦਿਓ ਜੀ। ਅਤੇ ਫਿਰ ਵੀ ਤਕਰੀਬਨ ਪਤਾ ਨਹੀਂ ਕੀ ਗੱਲ ਹੈ ਉਹਨਾਂ 'ਤੇ, ਕਿਹੜਾ ਪ੍ਰੈਸ਼ਰ ਹੈ ਜੀ SHO 'ਤੇ, ਉਹਨਾਂ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਹੈ। ਕੋਈ ਪੁਰਾਣੀ ਰੰਜਿਸ਼ ਵੀ ਹੈ ਤੁਹਾਡੀ ਉਹਨਾਂ? ਨਹੀਂ ਜੀ, ਪੁਰਾਣੀ ਰੰਜਿਸ਼ ਨਹੀਂ ਹੈਗੀ ਜੀ, ਸਿਰਫ ਅਸੀਂ ਬੂਟੇ ਲਗਾ ਰਹੇ ਹਾਂ ਜੀ ਪਿੰਡ ਵਿੱਚ ਵਾਤਾਵਰਨ ਸ਼ੁੱਧਤਾ ਵਾਸਤੇ, ਅਤੇ ਸ਼ਮਸ਼ਾਨ ਘਾਟ 'ਚ ਵੀ ਬੂਟੇ ਬਹੁਤ ਜ਼ਿਆਦਾ ਲਗਾਏ ਗਏ ਆ ਜੀ, ਇਹ ਵੀ ਬੂਟੇ ਲੱਗੇ ਹੋਏ, ਇਹਨਾਂ ਨੇ 60-70 ਬੂਟਿਆਂ ਦਾ ਵਾਹਣ ਕਤਲ ਕਰਤਾ ਜੀ। ਕਿੱਡੇ ਕਿੱਡੇ ਬੂਟੇ ਸੀ? ਤਕਰੀਬਨ 1.5-2 ਕੁਇੰਟਲ ਬੂਟਾ ਢੱਕ ਕੁਇੰਟਲ ਦਾ ਜੀ। ਅਤੇ ਅਸੀਂ ਮੰਗ ਕਰਦੇ ਹਾਂ ਜੀ, ਜੋ ਇਹਨਾਂ ਨੇ ਗੁੰਡਾਗਰਦੀ ਕੀਤੀ ਹੈ ਜੀ, ਇਹਨਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਉਲਟਾ ਇਹਨਾਂ 'ਤੇ ਕੋਈ ਸੱਟ ਨਹੀਂ ਲੱਗੀ, ਹਸਪਤਾਲ ਦੇ ਵਿੱਚ ਆ ਕੇ ਇਹਨਾਂ ਨੇ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਹੈ, ਅਸੀਂ ਉਹਨਾਂ ਦੀ ਵੀਡੀਓ ਬਣਾ ਲਈ, ਬਿਲਕੁਲ ਸਾਫ਼ ਸੁਰਤ ਜਾ ਰਹੇ ਹੈ ਜੀ, ਕੋਈ ਸੱਟ ਨਹੀਂ ਲੱਗੀ, ਆਪ ਤੁਰ ਕੇ ਜਾ ਰਹੇ ਹਾਂ ਜੀ। ਉਲਟਾ ਪਰਚਾ ਬਣਾਉਣ ਵਾਸਤੇ ਵੀ ਸਾਡੇ ਸੱਟ ਇਹਨਾਂ ਨੇ ਮਾਰਤੀ ਹੈ ਜੀ, ਜਦਕਿ ਅਸੀਂ ਖਾਲੀ ਗਏ ਹਾਂ, ਮੌਕਾ ਦਿਖਾਉਣ ਗਏ ਹਾਂ, ਅਜੇ ਕੁਛ ਵੀ ਨਹੀਂ ਅਸੀਂ ਕੀਤਾ, ਅਸੀਂ ਮੌਕਾ ਦਿਖਾਉਣ ਗਏ ਹਾਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ, ਅਤੇ ਇਹਨਾਂ ਨੇ ਗੁੰਡਾਗਰਦੀ ਨੂੰ ਗੰਦਾ ਨਾਚ ਨਚਾਇਆ ਜੀ, ਇਹਨਾਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜੀ। ਸਾਡੀ ਪ੍ਰਸ਼ਾਸਨ ਤੋਂ ਮੰਗ ਕੀਤੀ ਜਾਂਦੀ ਹੈ ਇਹਨਾਂ ਦੇ ਖਿਲਾਫ਼, ਇੱਕ ਤਾਂ ਜੋ ਇਹਨਾਂ ਨੇ ਬੂਟਿਆਂ ਦਾ ਕਤਲ ਕੀਤਾ ਹੈ, ਮਣ ਸੰਪੰਤੀ ਦਾ ਕਤਲ ਕੀਤਾ, ਉਹਦਾ ਪਰਚਾ ਦਰਜ ਕੀਤਾ ਜਾਵੇ, ਦੂਜਾ ਜੋ ਇਹਨਾਂ ਨੇ ਸਾਡੇ 'ਤੇ ਜਾਨ ਕਾਤਲਾਨਾ ਜਾਨਲੇਵਾ ਹਮਲਾ ਕੀਤਾ ਹੈ, ਉਹਦੀ ਵੀ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਣੀ ਬਣਦੀ ਹੈ ਜੀ। ਉਹ ਵੀ ਇੱਥੇ ਹੀ ਦਾਖਲ? ਹਾਂਜੀ, ਇੱਥੇ ਹੈ ਜੀ। ਕੀ ਨਾਮ ਤੁਹਾਡਾ, ਕਿਹੜਾ ਪਿੰਡ? ਮੇਰਾ ਨਾਮ ਜਤਿੰਦਰ ਸਿੰਘ, ਸਨ ਆਫ ਧਿਆਨ ਸਿੰਘ, ਵਾਸੀ ਪਿੰਡ ਸਤਾਵਗੜ੍ਹ। ਇਹ ਜੀ ਮਾਮਲਾ, ਮੈਂ 7-8 ਸਾਲ ਤੋਂ ਮੈਂ ਲੁਧਿਆਣੇ ਗ੍ਰੰਥੀ ਸਿੰਘ ਦੀ ਡਿਊਟੀ ਕਰ ਰਿਹਾ, ਅਤੇ ਆਪਣੇ ਜਿਹੜੇ ਮਨਜੀਤ ਸਿੰਘ ਨੇ ਇਹ ਵੀ ਗ੍ਰੰਥੀ ਸਿੰਘ ਨੇ, ਅਤੇ ਆਪਣੇ ਦੀਦਾਰ ਸਿੰਘ ਇਹ ਵੀ ਗ੍ਰੰਥੀ ਸਿੰਘ ਹੈ ਜੀ, ਗੁਰਨਾਮ ਸਿੰਘ ਸਨ ਆਫ ਅਜਮੇਰ ਸਿੰਘ ਇਹ ਵੀ ਗ੍ਰੰਥੀ ਸਿੰਘ ਹੈ ਜੀ। ਇਹ ਮੇਰੇ ਤੋਂ ਪਹਿਲਾਂ ਹੀ ਰੰਜਿਸ਼ ਰੱਖਦੇ ਸੀ, ਜਦੋਂ ਮੈਂ ਡਿਊਟੀ ਕਰਦਾ ਜਾਂ ਕੋਈ ਪ੍ਰੋਗਰਾਮ ਕਰਦੇ ਸੀਗੇ ਅਤੇ ਮੇਰੇ ਨਾਲ ਸ਼ੁਰੂ ਤੋਂ ਰੰਜਿਸ਼ ਰੱਖਦੇ ਆ ਰਹੇ ਨੇ। ਅਤੇ ਮੰਨ ਲਓ ਵੈਸੇ ਜਿੱਦਾਂ ਪਾਠੀ ਸਿੰਘ ਆਪਾਂ ਜਾਂ ਕੋਈ ਪ੍ਰੋਗਰਾਮ ਕਰਦੇ ਜਾਂ ਕੋਈ ਡਿਊਟੀ ਰੰਜਿਸ਼ ਰੱਖਦੇ ਨੇ ਕੋਈ ਨਾ ਕੋਈ ਲੜਾਈ ਝਗੜਾ। ਫਿਰ ਮੈਂ ਆਪਣਾ 1 ਤਰੀਕ ਨੂੰ ਆਇਆ ਜੀ ਆਪਣਾ ਇੱਥੇ ਪਿੰਡ ਵਿੱਚ ਸਤਾਵਗੜ੍ਹ ਆਪਣਾ ਕੰਮ ਕਾਰ ਸ਼ੁਰੂ ਕਰਨ ਵਾਸਤੇ, ਅਤੇ ਜਿੱਥੇ ਮੈਂ ਬਰਾਂਡਾ ਪਾ ਰਹੀ ਸੀ ਉਹਦੇ ਨਾਲ ਮੈਂ ਪਪੂਲਰ ਲਾਏ ਸੀ 4-5 ਸਾਲ ਤੋਂ, ਤਾਂ ਉਹ ਪਟਾ ਰਿਹਾ ਸੀਗਾ, ਤਾਂ ਕੱਲ੍ਹ ਮਨਜੀਤ ਸਿੰਘ ਅਤੇ ਦੀਦਾਰ ਸਿੰਘ ਅਤੇ ਬੂਟਾ ਸਿੰਘ ਸਰਪੰਚ, ਠੀਕ ਹੈ ਜੀ, ਇਹ ਆਏ ਨੇ ਘਰਦਿਆਂ ਨੂੰ ਗਾਲੀ ਗਲੋਚ ਕਰਕੇ ਗਏ ਨੇ, ਵੀਡੀਓ ਬਣਾ ਕੇ ਗਏ ਨੇ ਜੀ, ਤਾਂ ਘਰਦਿਆਂ ਨੇ ਮੈਨੂੰ ਦੱਸਿਆ ਜੀ ਮੈਂ ਇੱਟਾਂ ਲੈਣ ਗਿਆ ਸੀਗਾ, ਅਤੇ ਅੱਜ ਜਦੋਂ ਵੀਡੀਓ ਸਾਹਿਬ ਮੌਕੇ 'ਤੇ ਆਏ ਨੇ ਜੀ, ਮੌਕਾ ਦੇਖ ਰਹੇ ਸੀਗੇ, ਇਹ ਬੂਟਾ ਸਿੰਘ ਮਨਜੀਤ ਸਿੰਘ ਗੁਰਨਾਮ ਸਿੰਘ ਇਹਨਾਂ ਨੇ ਆ ਕੇ ਮੰਨ ਲਓ ਗਾਲੀ ਗਲੋਚ ਫਿਰ ਕਰਨਾ ਸ਼ੁਰੂ ਕੀਤਾ, ਗਾਲੀ ਗਲੋਚ ਕਰਦੇ ਸਮੇਂ ਸਾਡੀ ਹੱਥੋਂ ਪਾਈ ਹੋਈ, ਨਾ ਇਹਨਾਂ ਨੇ ਮੇਰੇ ਕੋਈ ਸੱਟ ਮਾਰੀ ਹੈ ਕਿਰਚ ਕੁਰਚ, ਨਾ ਮੈਂ ਇਹਨਾਂ ਦੇ ਮਾਰੀ ਹੈ, ਠੀਕ ਹੈ ਜੀ, ਝਗੜਾ ਕਰਦੇ ਹਾਂ ਇੱਟਾਂ 'ਤੇ ਗਿਰ ਪਏ ਨੇ, ਮੈਂ ਵੀ ਇੱਟਾਂ 'ਤੇ ਗਿਰਿਆ, ਮੇਰੇ ਵੀ ਇਹਨਾਂ ਦਾ ਕੜਾ ਲੱਗਿਆ ਜੀ, ਕੋਈ ਨੋਰਮਲ ਲੜਾਈ ਹੋਈ ਹੈ, ਠੀਕ ਹੈ ਜੀ, ਅਤੇ ਯਾਨੀ ਕਿ ਗਲਤ ਬੋਲਦੇ ਹੈ, ਠੀਕ ਹੈ, ਜਿਹੜਾ ਮਨਜੀਤ ਸਿੰਘ ਹੈ, ਹਾਂਜੀ, ਨਹੀਂ ਇਹ ਪੰਚਾਇਤੀ ਜ਼ਮੀਨ 'ਚ ਹੈ ਜੀ, ਸਾਰਿਆਂ ਦੇ 130 ਘਰ ਨੇ ਜੀ ਆਪਣੇ ਕਲੋਨੀ ਦੇ ਵਿੱਚ, ਦੀਦਾਰ ਸਿੰਘ ਨੇ ਆਪਣੇ ਘਰੋਂ ਵੀ ਪਟਾਏ ਨੇ, ਹੋਰ ਵੀ ਘਰਾਂ ਦੇ ਕਈਆਂ ਨੇ ਆਪਣੇ ਪੱਟੇ ਨੇ ਜੀ ਪਪੂਲਰ, ਅਤੇ ਅਸੀਂ ਵੀ ਆਪਣੇ ਮੰਨ ਲਓ ਬਰਾਂਡਾ ਪਾਉਣ ਵਾਸਤੇ ਆਪਾਂ ਉਹ ਪਪੂਲਰ ਪਟਾ ਲਏ ਨੇ ਜੀ, ਠੀਕ ਹੈ, ਜਿਹੜਾ ਮਨਜੀਤ ਸਿੰਘ ਜੀ ਅਤੇ 306 ਦਾ ਪਰਚਾ ਜੀ, ਠੀਕ, ਇੱਕ ਹੋਰ ਪਰਚਾ ਜੀ, ਜਿਹੜਾ ਆਪਣੇ ਬੂਟਾ ਸਿੰਘ ਸਰਪੰਚ ਹੈ ਜੀ, ਜਿਹੜੇ ਸਾਡੇ ਸਰਪੰਚ ਸਾਹਿਬ ਸੀ ਧਰਮਪਾਲ ਸਿੰਘ, ਉਹਨਾਂ ਨੇ ਸੁਸਾਈਡ ਇਹਨਾਂ ਕਰਕੇ ਕੀਤਾ ਜੀ, ਜੋ ਵੀ ਉਹ ਬਿਆਨ ਹੋਏ ਨੇ ਇਹਨਾਂ ਦੇ ਵਿੱਚ ਸਭ ਕੁਛ ਹੋਇਆ, ਪਰ ਇਹ ਜਦੋਂ ਵੀ ਆਉਣਾ ਗਲਤ ਗਾਲੀ ਗਲੋਚ ਕਰਨਾ ਜਾਂ ਜਦੋਂ ਆਪਣੇ ਵੀਡੀਓ ਸਾਹਿਬ ਆ ਗਏ ਨੇ ਜੀ, ਉਹ ਮੌਕਾ ਦੇਖ ਰਹੇ ਨੇ, ਇਹਨਾਂ ਦਾ ਆਉਣ ਦਾ ਮਤਲਬ ਹੀ ਨਹੀਂ ਸੀ ਜੀ, ਵੀਡੀਓ ਸਾਹਿਬ ਜੋ ਵੀ ਸਾਡੇ 'ਤੇ ਬਣਦੀ ਕਾਰਵਾਈ ਕਰਨ, ਠੀਕ ਹੈ, ਜੋ ਵੀ ਸਾਡੇ 'ਤੇ ਬਣਦੀ ਕਾਰਵਾਈ ਕਰਨ, ਇਹਨਾਂ ਨੇ ਐਪਲੀਕੇਸ਼ਨ ਵੀ ਦਿੱਤੀ 25 ਤਰੀਕ ਨੂੰ, ਅਸੀਂ ਵੀ ਦੇ ਕੇ ਆਏ, ਪਰ ਜੋ ਵੀ ਹੈਗੀ ਵੀਡੀਓ ਸਭ ਸਾਡੇ 'ਤੇ ਕਰਨ ਕਾਰਵਾਈ, ਪਰ ਇਹਨਾਂ ਦਾ ਕੋਈ ਬੋਲਣ ਦਾ ਫਰਜ਼ ਨਹੀਂ ਜਾਂ ਸਾਡੇ ਆ ਕੇ ਘਰੇ ਬੋਲਣ ਦਾ ਗਾਲੀ ਗਲੋਚ ਕਰਨ ਦਾ ਜੀ। ਜੇ ਆਪਾਂ ਗੱਲ ਕਰੀਏ
ਹਾਂਜੀ ਉਹਨਾਂ ਨੇ ਮੇਰੇ ਨਾਲ ਗੱਲਬਾਤ ਕੀਤੀ ਜੀ, ਉਹਨਾਂ ਨੂੰ ਵੀ ਦੱਸਿਆ ਸੀ 130 ਘਰ ਨੇ ਜੀ, ਪਰ ਇਹਨਾਂ ਦਾ ਉੱਥੇ ਆਉਣ ਦਾ ਮਤਲਬ ਨਹੀਂ ਸੀ ਜਾਂ ਉੱਥੇ ਗਾਲੀ ਗਲੋਚ ਕਰਨਾ। ਹਾਂਜੀ ਪਪੂਲਰ ਜਿਹੜੇ ਆਪਣੇ ਡੇਰੇ 'ਚ ਨੇ, ਕਈ ਦਰਖਤ ਲੱਗਦੇ ਹੈ, ਕਈਆਂ ਦੇ ਡੇਕਾਂ ਲੱਗੀਆਂ, ਕਈਆਂ ਦੇ ਪਪੂਲਰ ਲੱਗੇ ਨੇ, ਆਪਣੀ ਲੋੜ ਮੁਤਾਬਕ ਸਾਰੇ ਪਟਾ ਲੈਂਦੇ ਨੇ, ਸਾਰਿਆਂ ਨੇ ਪਟਾਏ ਨੇ ਕਈ ਘਰਾਂ 'ਚ, ਸਾਡੇ ਤਾਂ ਇਕੱਲਿਆਂ 'ਤੇ ਕਿਉਂ, ਆਪੇ ਹੀ ਹੈ ਜੀ, ਜੋ ਵੀ ਇਨਸਾਫ ਚਾਹੀਦਾ ਸਾਨੂੰ, ਠੀਕ ਹੈ, ਗਾਲੀ ਗਲੋਚ ਜੋ ਵੀ ਕੀਤਾ ਇਹਨਾਂ ਦਾ, ਬਾਕੀ ਅਸੀਂ ਜੇ ਕੋਈ ਵੀ ਕਿਰਚ ਨਹੀਂ ਮਾਰੀ ਜੀ ਜਾਂ ਕੋਈ ਵੀ ਇੱਦਾਂ ਦਾ ਕੁਛ ਨਹੀਂ ਹੋਇਆ।